ਸਲਾਮ ਵਾਲੇਕਮ ਜੀ ਖਾਵਰ ਵੀਲੋਗਸ YouTube ਚੈਨਲ ਜੀ ਨੂੰ ਖੁਸ਼ ਆਮਦੇਦ ਜੀ ਦੋਸਤੋ ਜਿਹੜੀ ਅੱਜ ਦੀ ਵੀਡੀਓ ਹੈਗੀ ਇਹ ਉਹ ਹੈਗੀ ਹੈ ਦਬੰਗ ਟਰੈਕਟਰ ਦੇ ਬਾਰੇ ਜਿੰਦੇ ਵਿੱਚ ਕਾਫੀ ਅਰਸੇ ਚੋਂ ਸੁਣਨ ਦੇ ਵਿਚਾਰ ਆ ਰਹੇ ਸੀ ਵੀ ਦਬੰਗ ਟਰੈਕਟਰ ਜਿਹੜਾ ਹੈਗਾ ਨੂ ਲੈਂਡ ਕੰਪਨੀ ਦਾ ਜਿਹੜੇ ਕਿ ਅਲਗਾਜ਼ੀ ਕੰਪਨੀ ਹੈਗੀ ਉਹਨਾਂ ਦੇ ਇੱਕ ਦਬੰਗ ਟਰੈਕਟਰ ਜਿਹੜਾ ਹੈਗਾ ਹੈ 2024 ਦੇ ਵਿੱਚ ਆ ਰਿਹਾ ਹੈ ਤੇ ਕਾਫੀ ਸਾਰੀਆਂ ਉਹਦੇ ਚ ਤਬਦੀਲੀਆਂ ਕਰਕੇ ਆ ਰਹੇ ਨੇ ਤੇ ਅਸੀਂ ਅੱਜ ਪਹੁੰਚੇ ਹਾਂ ਇੱਕ ਜਗ੍ਹਾ ਤੇ ਇਥੇ ਕਿ 0 ਮੀਟਰ ਬ੍ਰਾਂਡ ਨਿਊ ਜਿਹੜਾ ਹੈਗਾ ਟਰੈਕਟਰ ਜਿਹੜੇ ਦੀ ਡਿਲੀਵਰੀ ਹੋਈ ਏ ਜਿਹੜਾ ਟਰੈਕਟਰ ਇੱਥੇ ਪਹੁੰਚਿਆ ਹੈ ਤਾਂ ਮੈਂ ਕਹਾਂ ਜੀ ਆ ਤੇ ਵੀਰ ਭਰਾਵਾਂ ਨੂੰ ਚੈੱਕ ਕਰਕੇ ਦੱਸਿਓ ਕਿ ਆ ਵਾਕੇ ਹੀ ਕੋਈ ਚੇਂਜਿੰਗ ਜਾਂ ਤਬਦੀਲੀ ਹੋ ਰਹੀ ਹੈ ਜਾਂ ਨਹੀਂ ਹੋ ਰਹੀ। ਜਾਂ ਕਿ ਜੜੀਆਂ ਇੰਨੀਆਂ ਸਾਰੀਆਂ ਗੱਲਾਂ ਹੋ ਰਹੀਆਂ ਨੇ ਜਿੰਦੇ ਵਿੱਚ ਕੁਝ ਟਰੈਕਟਰ ਜਿਹੜੇ ਹੈਗੇ ਨੇ ਟੈਸਟਿੰਗ ਵਾਸਤੇ ਵੀ ਆਏ ਸਨ ਦੇ ਜਾਂ ਇਹ ਉਹਨਾਂ ਦੇ ਨਾਲ ਦਾ ਹੀ ਟਰੈਕਟਰ ਹੈਗਾ ਜਾਂ ਕਿ ਪਹਿਲੇ ਵਾਲਾ ਹੀ ਮਾਡਲ ਹੈਗਾ। ਅਸੀਂ ਕਹਾਂ ਜੀ ਅੱਜ ਅਸੀਂ ਪਹੁੰਚ ਕੇ ਆਦੇ ਵੀਰ ਪਰਮਨ ਦੇ ਸੀਏਬੀ ਦੇ ਵਿੱਚ ਕੀ ਕੀ ਚੇਂਜਿੰਗ ਉਹਨਾਂ ਕੀਤੀ ਹੈ ਜਾਂ ਕੀ ਨਹੀਂ ਕੀਤੀ ਜਾਂ ਅਗਰ ਜਿਹੜਾ 2026 ਨਵਾਂ ਸਾਲ ਆਉਣਾ ਉਹਦੇ ਵਿੱਚ ਕੀ ਚੇਂਜਿੰਗ ਆਣੀ ਹੈ ਤੇ ਨਾਲੇ ਕੀਮਤ ਦੇ ਵੱਲੇ ਵੱਲੇ ਨਾਲ ਵੀ ਆਦੇ ਵੀਰ ਪਰਮਨ ਨੂੰ ਥੋੜਾ ਜਿਹਾ ਅਸੀਂ ਸ਼ੇਅਰ ਕਰਾਂਗੇ ਦੱਸਾਂਗੇ ਕਿ ਭੰਗ ਰਗ ਇਸ ਟਾਈਮ ਜਿਹਦਾ ਕੀਮਤ ਕਿੰਨੀ ਹੈ ਤੇ ਦਿਮਾਗ ਟਰੈਕਟਰ ਮਾਸਤਾ-ਸਤਾ ਦੀ ਜਗ੍ਹਾ ਕਿਵੇਂ ਬਣਾ ਰਿਹਾ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਇਹ ਦਮੰਗ ਟਰੈਕਟਰ ਹੈਗਾ ਇੱਕ ਤਾਂ ਜੀ ਦੇ ਵਿੱਚ ਜਿਹੜੀ ਹੈਗੇ ਨਾ ਆਪਣਾ ਪਾਵਰ ਸਟੀਰਿੰਗ ਜਿਹੜੀ ਹੈ ਕਿੱਟ ਲੱਗੀ ਹੈ ਨਾ ਥੱਲੇ ਵਾਲਾ ਜੱਕ ਲੱਗਿਆ ਉਹਦੇ ਪਹਿਲੇ ਜਿਹੜੇ ਇੱਥੇ ਆਉਂਦੇ ਸੀ ਨਾ ਆਪਣਾ ਐਂਡ ਵਗੈਰਾ ਉਹ ਥੋੜੇ ਜੇ ਪਹਿਲੇ ਹੈਗੇ ਸੀ ਕਮਜ਼ੋਰ ਇੱਕ ਤਾਂ ਹੁਣ ਇਸ ਮੰਡ ਦੇ ਵਿੱਚ ਇਹਨਾਂ ਉਹ ਜਾਨੀ ਕਿ ਨਾ ਪਹਿਲੇ ਨਾਲ ਮਜ਼ਬੂਤ ਕਰਤੇ ਨੇ ਜਿਹੜੇ ਕਿ ਮੈਨੂੰ ਦੇਖਣੇ ਆ ਰਹੇ ਫਿਲਹਾਲ ਜਿਹੜਾ ਇਹ ਹੈਗਾ ਨੀ ਜੀ ਹਾਈਡਰੌਲਿਕ ਟਾਪ ਰੰਦਾ ਫਿਲਹਾਲ ਇਹਨਾਂ ਦਾ ਡਰਾਲਿਕ ਟਾਪਾ ਇਹ ਇਸ ਮੰਡ ਜਿਹੜਾ ਟਰੈਕਟਰ ਪਹੁੰਚਿਆ ਇਹਦੇ ਜੀ ਕੋਈ ਨਹੀਂ ਚੇਂਜ ਨਹੀਂ ਹੈਗਾ ਸਾਨੂੰ ਪੂਰੀ ਉਮੀਦ ਹੈ ਕਿ ਸੀ ਵੀ ਇਹ ਸ਼ਾਇਦ ਹੋ ਸਕਦਾ ਹੈ ਵੀ ਇਹ ਨਵਾਂ ਮਾਡਲ ਹੀ ਆਵੇ ਕਉਂਕੂ ਪਿੱਛੇ ਰਹਿ ਗਿਆ ਸੀ 1 ਮੰਥ ਰਹਿ ਗਿਆ ਸੀ ਤੇ ਕੁਛ ਟ ਬਣੰਜ ਲੈ ਗਏ ਨੇ ਟਰੈਕਟਰ ਦਬੰਗ ਜਿਹੜੇ ਆਏ ਨੇ ਉਹ ਪੈਂਥਰ ਟਾਇਰਾਂ ਦੇ ਵਿੱਚ ਆਏ ਨੇ ਪਰ ਜਿਹੜਾ ਇਹ ਵਾਲਾ ਦਬੰਗ ਆਇਆ ਹੈ ਨਾ ਇਹਨੂੰ ਜੀ ਜਰਨਲ ਦਾ ਟਾਇਰ ਆ ਤੇ ਇਹਦੇ ਚ ਇੱਕ ਤੇ ਖਾਸ ਕੀਤਾ ਖਿਆਲ ਰੱਖਿਆ ਗਿਆ ਕਿ ਇਹਦੀ ਜਿਹੜੀ ਪੇਂਟ ਕੁਆਲਿਟੀ ਹੈ ਪਹਿਲੇ ਨਾਲੋਂ ਬਿਹਤਰ ਕੀਤੀ ਗਈ ਹੈ ਯਾਨੀ ਕਿ ਕੰਪਨੀ ਹੌਸਤਾ ਹੌਸਤਾ ਜਿਹੜਾ ਹੈ ਨਾ ਡਾਇਰੈਕਟਰ ਨੂੰ ਮਜ਼ੀਦ ਬਿਹਤਰ ਕਰ ਰਹੀ ਹੈ ਤੇ ਲੈਂਕਾਂ ਜਿਹੜੀਆਂ ਹੈਗੀਆਂ ਨੇ ਉਹ ਤਕਰੀਬਨ ਜਿਸ ਤਰ੍ਹਾਂ ਪਹਿਲੇ ਆ ਰਹੀਆਂ ਨੇ ਉਸ ਤਰ੍ਹਾਂ ਹੀ ਆ ਰਹੀਆਂ ਨੇ ਪਰ ਇਹ ਮਜ਼ਬੂਤੀ ਕਰ ਰਿਹਾ ਨੇ ਹੋਕੇ ਦੇ ਨਾਲ ਤੁਹਾਨੂੰ ਲੱਗ ਲਗਾਏ ਮਿਲ ਜਾਂਦੀ ਹੈ ਕਿ ਤੁਹਾਨੂੰ ਐ ਉਹ ਤੁਹਾਨੂੰ ਨਏ ਲਗਵਾਨੀ ਪੈਂਦੀ ਯਾਨੀ ਕਿ ਤੁਹਾਨੂੰ ਜ਼ਰੂਰਤ ਨਹੀਂ ਪੈਂਦੀ ਹੋਰ ਵਾਲੀ ਖਿਚਲੀ ਲਗਵਾਨੇ ਦੀ ਤੇ ਮੌਜੂਦਾ ਘੜੇ ਜੀ ਦੇਖਿਆ ਜਾਵੇ ਤੇ ਜਿਹੜਾ ਇਸ ਟਾਈਮ ਜੀ ਮੌਜੂਦਾ ਜਿਹੜਾ ਦੁਬੰਗ ਟਰੈਕਟਰ ਹੈਗਾ ਡੀਜ਼ਲ ਦੇ ਹਲਿਆਜ਼ ਦੇ ਨਾਲ ਖਿਚਾਈ ਦੇ ਲਿਆਜ਼ ਦੇ ਨਾਲ ਸਭ ਤੋਂ ਬੈਸਟ ਜਾ ਰਿਹਾ ਹੈ ਕਿ ਕਿਉਂਕਿ ਕੁਝ ਕਮੀਆਂ ਪੇਸ਼ੀ ਹੈਗੀਆਂ ਸੀ ਕੰਪਨੀ ਨੇ ਜਿਹੜੀਆਂ ਉਹਦੇ ਵਿੱਚ ਨਹੀਂ ਕਲੀਅਰ ਕਰ ਰਹੀ ਸੀ ਤੇ ਉਹ ਵੀ ਇਨਸ਼ਾਅੱਲਾ ਹੁਣ ਕੰਪਨੀ ਕਲੀਅਰ ਕਰ ਰਹੀ ਹੈ ਤਾਂ ਮਜ਼ੀਦ ਇਹਦੇ ਵਿੱਚ ਕਲੀਅਰ ਕੀਤੀ ਹੈ ਨਾ ਮਜ਼ੀਦ ਅਗੇ ਜਿਹੜਾ 2024 ਮਾਡਲ ਆਣਾ ਉਹਦੇ ਵਿੱਚ ਸਾਰੀਆਂ ਹੀ ਜਿਹੜੀਆਂ ਕਮੀਆਂ ਪੇਸ਼ੀਆਂ ਕੰਪਨੀ ਨੇ ਦੂਰ ਕਰਤੀ ਉਹ ਵੀਰ ਪ੍ਰੋ ਉਹ ਚੇਂਜ ਨਹੀਂ ਹੋ ਰਹੀਆਂ ਉਹ ਟੂਪਾ ਇਸ ਤਰ੍ਹਾਂ ਇਹਨੇ ਜਿਵੇਂ ਕਿ ਇਹ ਆ ਗਈਆਂ ਨੇ ਗਰਾਸ ਸਿਸਟਮ ਹੀ ਆ ਗਈਆਂ ਕਿਉਂਕਿ ਗਰਾਸ ਸਿਸਟਮ ਜਿਹੜਾ ਹੈਗਾ ਇਹ ਟਰੈਕਟਰ ਨੂੰ ਇਹਦੀ ਖਿਚਾਈ ਦੇ ਵਿੱਚ ਕਾਫੀ ਜ਼ਿਆਦਾ ਸਪੋਰਟ ਦਿੰਦਾ ਤੇ ਡੀਜ਼ਲ ਦੀ ਟਰੈਕਟਰ ਦੀ ਕਾਫੀ ਬਚਤ ਹੈ ਗਈ ਹੈ ਇਸ ਵਾਸਤੇ ਹੁਣ ਜ਼ਿੰਮੇਦਾਰ ਜਿਹੜੇ ਨੇ ਇਸ ਤਰਫ ਹੋਏ ਜਾ ਰਹੇ ਨੇ ਕਿਉਂਕਿ ਕੰਪਨੀ ਨੇ ਥੋੜੀ ਜਿਹੀ ਲਾਪਰਵਾਹੀ ਕਰ ਲਈ ਸੀ ਸ਼ੁਰੂ ਦੇ ਵਿੱਚ ਹੀ ਅਗਰ ਕੰਪਨੀ ਟਰੈਕਟਰ ਨੂੰ ਪਹਿਲਾਂ ਟੈਸਟ ਕਰਕੇ ਮਾਰਕੀਟ ਚ ਲਾਂਚ ਕਰਦੀ ਤੇ ਦਮੰਗ ਨੂੰ ਥੋੜਾ ਜਿਹਾ ਟਾਈਮ ਨਾ ਲੱਗਦਾ ਪਰ ਕੰਪਨੀ ਨੇ ਫੇਰ ਵੀ ਜਿਹੜਾ ਨਾ ਆਸਤਾ ਆਸਤਾ ਇਹ ਚੇਂਜ ਕਰਤਾ ਮਟੀਰੀਅਲ ਬਿਹਤਰ ਕਰਤਾ ਬਾਕੀ ਮਜ਼ੀਦ ਅੱਗੇ ਜਿਹੜਾ ਟਰੈਕਟਰ ਆਵੇਗਾ ਉਹਦੇ ਜਿਹਾ অল ਟੂ 올 ਕਹਿ ਰਹੇ ਨੇ ਜੀ ਮੁਕੰਮਲ ਹੀ ਜਿਹੜਾ ਨਾ ਉਹਨਾਂ ਹਰ ਇੱਕ ਸ਼ਿਕਾਇਤ ਦੂਰ ਕਰ ਦिती ਹੈ ਬਾਕੀ ਜਦੋਂ ਮਾਰਕੀਟ 'ਚ ਪਹੁੰਚੇਗਾ ਚੱਲੇਗਾ ਫਿਰ ਪਤਾ ਚੱਲੇਗਾ ਕਿ ਆ ਵਾਕਈ ਸ਼ਿਕਾਇਤਾਂ ਹੀ ਦੂਰ ਕੀਤੀਆਂ ਨੇ ਤੇ ਜਿਸ ਤਰ੍ਹਾਂ ਕਿ ਕੰਪਨੀ ਚੇਂਜ ਕਰ ਰਹੀ ਹੈ ਜਿਸ ਤਰ੍ਹਾਂ ਜ਼ਿੰਮੇਵਾਰਾਂ ਦਾ ਰੁਝਾਨ ਹੈ ਇਸ ਟਾਈਮ ਦਬੰਗ ਟਰੈਕਟਰ ਮਗਰ ਜਾ ਰਿਹਾ ਹੈ ਇਹ ਜਿਹੜਾ ਵੀਰਪਰਾ ਨੇ ਜਿਹੜਾ ਟਰੈਕਟਰ ਆ ਪਹੁੰਚਿਆ ਹੈ ਜਿਹੜੇ ਵੀਰਪਰਾ ਨੇ ਇਹ ਟਰੈਕਟਰ ਖਰੀਦਿਆ ਹੈ ਕਾਫੀ ਅਰਸੇ ਤੋਂ ਵੇਟ ਕਰ ਰਿਹਾ ਸੀ ਜੀ ਮੇਰਾ ਟਰੈਕਟਰ ਪਹੁੰਚਦਾ ਹੁੰਦਾ ਪਹੁੰਚਿਆ ਇਹਨੂੰ ਕਿਹਾ ਸੀ ਬੰਦੇ ਨੇ ਵੀ ਹੋਰ ਟਰੈਕਟਰ ਲੈ ਲੋ ਨੇ ਕਹਿੰਨੇ ਜੀ ਮੈਂ ਦਬਾਂਗੀ ਖਰੀਦਣਾ ਮੈਂ ਕਿਹਾ ਜੇ ਇੱਕ ਵੀਡੀਓ ਬਣਾ ਕੇ ਵੀਰ ਪਰਵਾਨੇ ਸ਼ੇਅਰ ਕਰ ਦਈਏ ਵੀ ਇਹਦੇ ਵਿੱਚ ਕੀ ਨਵਾਂ ਚੇਂਜ ਹੈ ਛੋਟੇ ਮੋਟੇ ਚੇਂਜਿੰਗਾਂ ਇਹਦੇ ਚ ਕੀਤੀਆਂ ਨੇ ਜਿਹੜੇ ਪਹਿਲਾ ਮਾਡਲ ਹੁੰਦਾ ਨਾਲੋਂ ਬਾਕੀ ਜਿਹੜਾ ਮਸੀਹ ਦਾ ਕਿਚਾ ਵੀ ਆ ਉਹਨਾਂ ਦੀ ਕਾਫੀ ਸਾਰੀਆਂ ਚੇਂਜਿੰਗਾਂ ਆ ਗਈਆਂ ਫਿਲਹਾਲ ਜਿਹੜਾ ਇਸ ਤਰ੍ਹਾਂ ਹੀ ਹੈਗਾ ਡੈਲਫੀ ਪੰਪ ਲੱਗੇ ਹੋਇਆ ਬਾਕੀ ਇਹ ਵੀ ਇਹਨੂੰ ਜਿਹੜਾ ਨਾ ਰੋਟਰੀ ਪੰਪ ਆਉਣਾ ਚਾਹੀਦਾ ਆਪਣਾ ਕਿ ਪਲੰਜ ਤੇ ਕੰਪਨੀ ਚਾਹੀਦਾ ਕੰਮ ਜ਼ੀ ਦੇ ਵਿੱਚ ਹੋਰ ਬਿਹਤਰੀ ਕਰੇ ਕਿਉਂਕਿ ਜ਼ਿੰਮੇਦਾਰ ਜਿਹੜਾ ਹੈਗੇ ਇਸ ਸਟ੍ਰੈਕਟਰ ਨੂੰ ਹੁਣ ਬਹੁਤ ਪਸੰਦ ਕਰਨ ਲੱਗ ਗਏ ਨੇ ਤੇ ਬਹੁਤ ਜ਼ਿਆਦਾ ਡਿਮਾਂਡ ਹੋ ਰਹੀ ਆ ਹੌਸਾ ਹੌਸਾ ਤੇ ਇਨਸ਼ਾਅੱਲਾ ਜਿਵੇਂ ਚਵੀ ਮਾਡਲ ਵੀ ਆਉਂਦਾ ਹੈ ਤੇ ਅਸੀਂ ਅੱਗੇ ਵੀ ਪਰਮਾਨੋ ਦੀ ਅਪਡੇਟ ਵੀ ਸ਼ੇਅਰ ਕਰਾਂਗੇ ਤੇ ਅੱਜ ਜਨਾਬ ਤੁਹਾਡੇ ਸਾਹਮਣੇ ਤਕਰੀਬਨ ਇਸ ਟਾਈਮ ਜਿਹਦੀ ਮੌਜੂਦਾ ਕੀਮਤ ਚੱਲਦੀ ਪਈ ਹੋਏਗੀ ਇਹ ਤਕਰੀਬਨ 34 ਲੱਖ 30 ਤੋਂ 35 ਹਜ਼ਾਰ ਰੁਪਏ ਕੰਪਨੀ ਰੇਟ ਚੱਲ ਰਿਹਾ ਹੈ ਬਾਕੀ ਮਾਰਕੀਟ ਦੇ ਵਿੱਚ ਕੋਈ ਇਸ ਰੇਟ ਤੋਂ ਘੱਟ ਵੀ ਸੇਲ ਹੋ ਰਹੀ ਨਹੀਂ ਕਿਉਂਕਿ ਅਗੇ ਨਵ ਇਨਸ਼ਾਅੱਲਾ ਦੁਬਾਰਾ ਅਸੀਂ ਫੇਰਾ ਜ਼ਰਵਾਂਗੇ ਕਿ ਨਵੀਂ ਵੀਡੀਓ ਦੇ ਨਾਲ ਤੇ ਨਵੀਂ ਅਪਡੇਟ ਦੇ ਨਾਲ ਸਾਡੇ ਨਾਲ ਬਨੇ ਰਹੋ ਕਿ ਅੱਲਾ ਹਾਫਿਜ਼